वाहेगुरु जी का खालसा, वाहेगुरु जी की फतेह। अज जी स्टार की जी टीम है हैड दरबार कोट पुराण टिब्बी साहब पहुंची है, जिथे अस तुहानूं दर्शन डुड्डी दे दर्शन करावांगे, फुलां दे दर्शन करावांगे। जिहड़े अनेक प्रकार के जिहड़े फुल है बाबा जी वल्लों बहुत वड्डा जिहड़ा उपराला करके हर प्रकार के जिहड़े फुल है उरे देखण नूं मिलदे है। उस तों अलावा दरबार साहब है जिहड़े ਉਹ ਵੀ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ। ਦਰਬਾਰ ਸਾਹਿਬ ਬਹੁਤ ਵੱਡਾ ਜਿਹੜਾ ਦਰਬਾਰ ਸਾਹਿਬ ਬਣਾਇਆ ਗਿਆ, ਜਿੱਥੇ ਮਹਾਰਾਜ ਦੀ ਸਰੂਪ ਦੇ ਜਿਹੜੇ ਪਾਵਨ ਬਾਣੀ ਦੇ ਜਿਹੜੇ ਪ੍ਰਵਾਹ ਹਰ ਟਾਈਮ ਉਹ ਚੱਲਦੇ ਰਹਿੰਦੇ ਆ, ਗੁਰਬਾਣੀ ਦੇ ਜਿਹੜੇ ਪ੍ਰਵਾਹ ਉਹ ਹਰ ਟਾਈਮ ਚੱਲਦੇ ਰਹਿੰਦੇ ਆ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਨਿਸ਼ਾਨ ਸਾਹਿਬ ਜੀ ਦੀ, ਔਰ ਇਹ ਜਿਹੜਾ ਮੰਨਿਆ ਜਾਂਦਾ ਵੀ ਨਿਸ਼ਾਨ ਸਾਹਿਬ 'ਤੇ ਕੋਈ ਵੀ ਬੰਦਾ ਸੁੱਖ ਜਿਹੜੀ ਹੈ ਉਹ ਪੂਰੀ ਵਾਰ ਆਉਂਦੀ ਹੈ। ਨਿਸ਼ਾਨ ਸਾਹਿਬ 'ਤੇ ਮੱਥਾ ਟੇਕ ਕੇ ਤੁਸੀਂ ਨਿਸ਼ਾਨ ਸਾਹਿਬ 'ਤੇ ਮੱਥਾ ਟੇਕੋ। ਅਤੇ ਉਸ ਤੋਂ ਜੇ ਆਪਾਂ ਬਾਅਦ ਗੱਲ ਕਰੀਏ ਲੰਗਰ ਹਾਲ ਦੀ, ਲੰਗਰ ਹਾਲ ਬਹੁਤ ਵੱਡਾ ਲੰਗਰ ਹਾਲ ਹੈ, ਜਿੱਥੇ ਕਿ ਜਿਹੜੇ ਉਹਦੇ ਬਰਤਨ ਦੇਣ ਦੇ ਜਿਹੜਾ ਸਿਸਟਮ ਹੈ ਉਹ ਬਹੁਤ ਹੀ ਵਧੀਆ ਬਣਾਇਆ ਗਿਆ। ਉਹਨਾਂ ਨੂੰ ਜਿਕਣਾ ਬਰਤਨ ਲੈਂਸ ਜਿਵੇਂ ਕਿ ਬੰਦਾ ਐਂਟਰ ਕਰਦਾ ਹੈ ਉੱਥੇ ਬੰਦੇ ਬਿਠਾਏ ਗਏ ਨੇ ਲੰਗਰ ਦੇ ਪ੍ਰਸ਼ਾਦਾ ਛਕਾਉਣ ਵਾਸਤੇ, ਜੋ ਬਰਤਨ ਹੈ ਉਹਨਾਂ ਨੂੰ ਲੈਨ ਵਿੱਚ ਦਿੱਤੇ ਜਾਂਦੇ ਆ। ਉਸ ਤੋਂ ਇਲਾਵਾ ਬਰਤਨ ਧੋਣ ਵਾਸਤੇ ਅਲੱਗ ਸੰਗਤਾਂ ਜਿਹੜੀਆਂ ਆਪਣੀਆਂ ਸੇਵਾ ਕਰਦੀਆਂ ਨੇ ਉਹਨਾਂ ਵਾਸਤੇ ਵੀ ਬਹੁਤ ਵੱਡਾ ਜਿਹੜਾ ਟੁੱਟਿਆ ਵਗੈਰਾ, ਔਰ ਉੱਥੇ ਸਫਾਈ ਦਾ ਜਿਹੜਾ ਬਹੁਤ ਵੱਡਾ ਧਿਆਨ ਨਾਲ ਜਿਹੜੀ ਸਫਾਈ ਦਾ ਹੈਗੀ ਹੈ ਉਹਦੇ ਨਾਲ ਜਿਹੜਾ ਲੰਗਰ ਛਕਾਉਣ ਦਾ ਜਿਹੜਾ ਰਵੱਈਆ ਹੈ ਉਹ ਬਹੁਤ ਹੀ ਵਧੀਆ, ਮਿੱਠ ਬੋਲੜਾ ਔਰ ਸ਼ਾਂਤ ਸੁਆਦ ਜਿਹੜੇ ਸੇਵਾਦਾਰ ਹੈ। ਸਫਾਈ ਵਾਸਤੇ ਉੱਥੇ ਕਰਮਚਾਰੀ ਲੱਗੇ ਹੋਏ ਨੇ। ਉਸ ਤੋਂ ਇਲਾਵਾ ਜੇ ਗੱਲ ਕਰੀਏ ਪੂਰੀ ਲਾਈਨ ਵਿੱਚ ਪ੍ਰੋਪਰ 'ਚ ਬਿਠਾਉਣ ਵਾਸਤੇ ਸੇਵਾਦਾਰ ਆਪਣੀ ਡਿਊਟੀ 'ਤੇ ਖੜ੍ਹੇ ਰਹਿੰਦੇ ਨੇ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜਿਹੜਾ ਆਪਾਂ ਲੰਗਰ ਹਾਲ ਦੀ, ਲੰਗਰ ਹਾਲ ਵਿੱਚ ਜਿਹੜੇ ਅੰਦਰ ਜਿੱਥੇ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ ਔਰ ਉੱਥੇ ਜਿਹੜੇ ਬਰਤਨ ਹੈ ਜਿਹੜੇ ਉਹ ਬਹੁਤ ਵੱਡੇ ਵੱਡੇ ਜਿਹੜੇ ਬਰਤਨ ਆ ਉਹਨਾਂ ਨੂੰ ਦੇਖ ਕੇ ਆਪਾਂ ਅਹਿਸਾਸ ਕਰ ਸਕਦੇ ਹਾਂ ਵੀ ਉਹ ਜਿਹੜੀ ਸੰਗਤ ਹੈ ਹਰ ਸੰਗਰਾਂਦ ਹਰ ਐਤਵਾਰ ਨੂੰ ਉਰੇ ਬਹੁਤ ਵੱਡੀ ਜਿਹੜੀ ਤਾਦਾਦ ਦੇ ਵਿੱਚ ਉਰੇ ਸੰਗਤ ਪਹੁੰਚਦੀ ਹੈ। ਅਤੇ ਜਿਹੜਾ ਉਰੇ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਉਰੇ ਵਿਸ਼ੇਸ਼ਤਾ ਇਸ ਚੀਜ਼ ਦੀ ਹੈ ਕਿ ਦੇਸੀ ਘੇ ਦੇ ਵਿੱਚ ਜਿਹੜੇ ਪ੍ਰਸ਼ਾਦਾ ਉਹ ਤਿਆਰ ਕੀਤਾ ਜਾਂਦਾ ਹੈ। ਉਸ ਤੋਂ ਇਲਾਵਾ ਜੇ ਗੱਲ ਕਰੀਏ ਹਰ ਇੱਕ ਪ੍ਰਕਾਰ ਦੀ ਜਿਹੜੇ ਉਰੇ ਸਬਜ਼ੀ ਲੰਗਰ ਦੇ ਵਿੱਚ ਵਰਤਾਈ ਜਾਂਦੀ ਹੈ, ਜਿਵੇਂ ਕਿ ਗੱਲ ਕਰੀਏ ਜੇ ਆਪਾਂ ਖੀਰ ਪੂੜੇ ਮਤਲਬ ਹਰ ਪ੍ਰਕਾਰ ਦੀ ਉਹ ਜੋ ਵੀ ਹੈਗਾ ਉਹ ਸਾਰੇ ਦੇਸੀ ਵਿੱਚ ਬਣਾਇਆ ਜਾਂਦਾ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਪ੍ਰਸ਼ਾਦਾ ਜਿਹੜੇ ਆ, ਜਿਹੜੇ ਪ੍ਰਸ਼ਾਦਾ ਤਿਆਰ ਕਰਵਾਉਣ ਵਾਸਤੇ ਜਿਹੜੀ ਬੀਬੀਆਂ ਹੈ ਸਾਡੇ ਇਸ ਇਲਾਕੇ ਨੂੰ ਬਹੁਤ ਵੱਡੇ ਜਿਹੜੇ ਮਾਣ ਵਾਲੀ ਗੱਲ ਹੈ, ਇਹ ਬਹੁਤ ਜਿਹੜਾ ਪਾਵਨ ਅਸਥਾਨ 'ਤੇ ਆ ਕੇ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਭਾਈ ਬਜ਼ੁਰਗ ਆ ਜਿਹੜੇ ਉਰੇ ਸੇਵਾ ਕਰਦੇ ਆ ਕੇ ਆਪਣੀ ਜਿਹੜੀ ਸੇਵਾ ਸਫਲ ਕਰਦੀਆਂ, ਜਿਹੜੀਆਂ ਬੀਬੀਆਂ ਉਰੇ ਪ੍ਰਸ਼ਾਦਾ ਛਕਾਉਣ ਵਾਸਤੇ ਲੰਗਰ ਦੀ ਜਿਹੜੀ ਲੋਹ ਅਤੇ ਕੰਮ ਕਰਦੀਆਂ ਜਿਹੜੀਆਂ ਬੀਬੀਆਂ ਬਹੁਤ ਵੱਡਾ ਉਹਨਾਂ ਦਾ ਉਪਰਾਲਾ ਹੈ। ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਲੋਹ 'ਤੇ ਇੱਥੇ ਪ੍ਰਸ਼ਾਦਾ ਤਿਆਰ ਕਰਦੀਆਂ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸੇਵਾਦਾਰਾਂ ਦੀ, ਜੇ ਸੇਵਾਦਾਰ ਵੀ ਉਹ ਵੀ ਕਾਫੀ ਲੰਬੇ ਅਰਸੇ ਤੋਂ ਸਵੇਰ ਤੋਂ ਲੈ ਕੇ ਰਾਤ ਦੇ ਕਾਫੀ ਲੇਟ ਤੱਕ ਜਿਹੜਾ ਉਰੇ ਲੰਗਰ ਜਿਹੜਾ ਵਰਤਾਇਆ ਜਾਂਦਾ ਔਰ ਲੰਗਰ 24 ਘੰਟੇ ਵਿੱਚ ਨਿਰੰਤਰ ਜਿਹੜਾ ਚਲਾਇਆ ਜਾਂਦਾ। ਜੇ ਆਪਾਂ ਉਸ ਤੋਂ ਬਾਅਦ ਗੱਲ ਕਰੀਏ ਅੱਜ ਅਸੀਂ ਤੁਹਾਨੂੰ ਜਿਹੜਾ ਪਵਨ ਦਿਖਾ ਰਹੇ ਹਾਂ ਇਹ ਜਿਹੜੀ ਚੌਂਪੜੀ ਸਾਹਿਬ ਦੀ ਗੱਲ ਕਰੀਏ, ਬਾਬਾ ਸਾਧੀ ਸਿੰਘ ਸਭ ਤੋਂ ਪਹਿਲਾਂ ਉਰੇ ਆਏ ਸੀ, ਉਹਨਾਂ ਨੇ ਆਪਣੀ ਜਿਹੜੀ ਚੌਂਪੜੀ ਉਹ ਬਣਾਈ ਗਈ ਸੀ। ਅੱਜ ਵੀ ਉਸੀ ਤਰ੍ਹਾਂ ਜਿਹੜੀ ਚੌਂਪੜੀ ਹੈ ਉਹ ਨਿਰੰਤਰ ਉਸੀ ਤਰੀਕੇ ਨਾਲ ਰੱਖੀ ਗਈ ਹੈ, ਉਹਦੀ ਸਾਂਭ ਸੰਭਾਲ ਉਸੀ ਤਰੀਕੇ ਨਾਲ ਕੀਤੀ ਗਈ ਹੈ। ਮਹਾਰਾਜ ਦੇ ਜਿਹੜੇ ਬਾਬਾ ਸਾਧੀ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਉਸ ਚੌਂਪੜੀ ਵਿੱਚ ਆਪਾਂ ਜਾਂਦੇ ਤਾਂ ਦਰਸ਼ਨ ਵੀ ਉਸ ਚੌਂਪੜੀ ਦੇ ਕਰਦੇ ਹਾਂ। ਅਤੇ ਉਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਲੱਕੜ ਸਾਹਿਬ ਜਿਹੜਾ ਗੁਰਦੁਆਰਾ ਸਭ ਤੋਂ ਪਹਿਲਾਂ ਉਰੇ ਜਿਹੜੀ ਮੇਨਟੇਨ ਜਿਹੜਾ ਉਰੇ ਰੱਖਿਆ ਗਿਆ ਲੱਕੜ ਸਾਹਿਬ ਜਿਹੜਾ ਗੁਰਦੁਆਰਾ ਸੀ ਉਹਨੂੰ ਰੈਨੋਵੇਸ਼ਨ ਕਰਕੇ ਦੁਬਾਰੇ ਉੱਦਾਂ ਹੀ ਜਿਹੜੀ ਲੱਕੜ ਦਾ ਜਿਹੜਾ ਉਹਨਾਂ ਦੀ ਉਸਾਰੀ ਕੀਤੀ ਗਈ ਹੈ, ਉਹ ਲੱਕੜ ਦਾ ਜਿਹੜਾ ਉਹ ਬਣਾਇਆ ਗਿਆ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਬਾਬਾ ਖੁਸ਼ਹਾਲ ਸਿੰਘ ਜੀ ਜੇ ਆਪਾਂ ਦਰਸ਼ਨ ਕਰਨ ਵਾਸਤੇ ਜਿਹੜੀ ਵੱਡੀ ਸੰਗਤ ਵਿੱਚ ਉਰੇ ਪਹੁੰਚਦੀਆਂ ਨੇ, ਅਤੇ ਇਹ ਉਹ ਪਾਵਨ ਦਰਬਾਰ ਹੈ ਜਿੱਥੇ ਆਪਾਂ ਬਾਬਾ ਖੁਸ਼ਹਾਲ ਸਿੰਘ ਜੀ ਦੇ ਬਾਬਾ ਅਵਤਾਰ ਸਿੰਘ ਜੀ ਦੇ ਜਿਹੜੇ ਦਰਸ਼ਨ ਕਰਕੇ ਸੰਗਤਾਂ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰਦੀਆਂ ਹੈ। ਅਤੇ ਇਹ ਆਪਾਂ ਗੱਲ ਕਰੀਏ ਇੱਥੇ ਜੇ ਥੋੜ੍ਹਾ ਜਿਹਾ ਮੈਂ ਕੈਮਰਾਮੈਨ ਨੂੰ ਕਹਾਂਗਾ ਅਤੇ ਤੁਸੀਂ ਇਹ ਦਿਖਾਓ ਉਰੇ ਬਹੁਤ ਵੱਡਾ ਜਿਹੜਾ ਉਰੇ ਦਰਖਤ ਜਿਹੜਾ ਹੈਗਾ ਉਹ ਹੈਗਾ ਹੈ। ਤੁਸੀਂ ਇਹ ਦੇਖੋ ਵੀ ਇਸ ਟਾਈਮ ਵੀ ਉਹਨਾਂ ਨੂੰ ਝੁੰਗੀ ਦੇ ਟੈਪ ਦੇ ਵਿੱਚ ਉਹ ਬਣਾਇਆ ਗਿਆ। ਕੋਈ ਇੱਦਾਂ ਦੀ ਗੱਲ ਨਹੀਂ ਹੈਗੀ ਕੋਈ ਪੈਸੇ ਦੀ ਗੱਲ ਹੋਵੇ ਵੀ ਪੈਸਾ ਘੱਟ ਹੈ, ਪੈਸਾ ਸੰਗਤਾਂ ਵੱਲੋਂ ਬਹੁਤ ਦਿੱਤਾ ਜਾਂਦਾ, ਪਰ ਉਹਨਾਂ ਨੂੰ ਜਿਹੜੀ ਪੁਰਾਣੀ ਪ੍ਰਾਚੀਨ ਤਰੀਕੇ ਨਾਲ ਮੇਨਟੇਨ ਕੀਤਾ ਗਿਆ ਜਿਵੇਂ ਕਿ ਚੁੰਗੀ ਸਾਹਿਬ ਹੈ ਉੱਦਾਂ ਹੀ ਰੱਖੀ ਗਈ ਹੈ।
इत्थे बहुत एक असी पहला जी स्टार टीम वालों उपराले करन तो बाद एक असी वीडियो पहला तैयार की थी जी जिदे विच टी वी साहब जिहड़े पे समान है वह भी दिखाए गए सी। ते असी दुबारे रिक्वेस्ट भी कर देंगे जी स्टार टीम नूं तुसीं सबसक्राइब करो और बैल आईकॉन भी ऑन कर लिया करो क्योंकि जिहड़ी असी नवीं वीडियो पाने कि असी गुरुद्वारा साहब के मंदिरां दे तुहानूं दर्शन कराने हैं ते तुसीं उत्थे दर्शन करके उत्थे अपनी जिहड़ी संसारिक यात्रा नूं हुण पूरी कर सकदे हो उत्थे दर्शन जा करके दर्शन कर सकदे हो। साडा जिहड़ा उपराला किया जाता सी वड्डे वड्डे जिहड़े इतिहासिक गुरुद्वारे आ उहनां दे तुहानूं असी रूबरू कराने हैं ते जिवें कि अज्ज टिब्बी साहब गुरुद्वारा साहब जी दे आपां दर्शन करवाया इस तरह ही अगे तरह आपां तुहानूं दर्शन करवाण दी जिहड़ी आ चाबन रहांगे ते तुसीं जी स्टार टीम नूं सबसक्राइब और बैल आईकॉन जरूर करो। कैमरामैन अमनदीप सिंह दे नाल जी स्टार टीम दे नाल कृपाल सिंह।